ਉਹ ਸਾਗਰ ਦੀ ਵਹੁਟੀ ਲੈਂਦੀ ਮੈਂ ਕਿਹਾ ਸਾਗਰ ਦੀ ਵਹੁਟੀ ਲੈਂਦੀ ਇਸ ਜੱਗ ਤੋਂ ਵੇ ਹੱਥ ਫੜ ਅੱਜ ਕੱਲ ਵੀ ਕੱਲ ਕੱਲ ਵੀ ਜ਼ਿੰਦਗੀ ਦੀ ਹੱਕਦਾਰ ਬਣਾ ਕੇ ਜਨ ਦੀ ਕੰਨ ਪੜਵਾਲੇ ਤੇਰੀ ਕਾਸ ਤੋਂ ਕਰਦਾ ਤੇਰੀ ਕਾਸ ਕਹਿੰਦਾ ਇੱਕ ਕੁੜੀ ਨੇ ਮੈਨੂੰ ਤੱਕ ਕੇ ਕਿਹਾ ਕਿ ਤੂੰ ਬਹੁਤ ਸੋਹਣਾ ਹੈ ਇੱਕ ਕੁੜੀ ਨੇ ਮੈਨੂੰ ਤੱਕ ਕੇ ਕਿਹਾ ਕਿ ਤੂੰ ਬਹੁਤ ਸੋਹਣਾ ਹੈ ਤੇ ਮੈਨੂੰ ਉਹਦੀ ਨੀਅਤ ਤੇ ਸ਼ੱਕ ਹੋਇਆ ਮੈਨੂੰ ਉਸ ਕੁੜੀ ਦੀ ਨੀਅਤ ਤੇ ਸ਼ੱਕ ਹੋਇਆ ਕਿ ਸੋਹਣਾ ਮਨੁੱਖ ਨਹੀਂ ਹੁੰਦਾ ਉਹਦੇ ਕੰਮ ਹੁੰਦੇ ਆ ਸੋ ਸਦਮੋ ਪਿਆਰਿਓ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਡੇ ਸਾਰਿਆਂ ਲਈ ਜਿੰਨੇ ਵੀ ਇਸ ਯੂਨੀਵਰਸਿਟੀ ਦੇ ਜਿਸਮ ਤੋਂ ਪਾਰ ਦੀ ਗੱਲ ਜਿਹੜੀ ਸਾਡੀ ਪਿਆਰ ਦੀ ਗੱਲ ਧੁੰਦੜੇ ਧੁੰਦੜੇ ਨੈਣ ਨਕਸ਼ ਉਹਦੇ ਚੇਤੇ ਨੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿਟੀ ਪਈ ਵੇਖੋ ਤੁਸੀਂ ਤਾਂ ਕਿਸੇ ਨੇ ਨਾ ਕੋਈ ਬੱਚਾ ਚੱਕਿਆ ਨਾ ਹੀ ਕਿਸੇ ਨੇ ਕੋਈ ਪੈਗ ਹੱਥ 'ਚ ਫੜਿਆ ਹਾਂਜੀ ਕੈਸੇ ਸਾਰੇ ਕਿਆ ਬਾਤ ਹੈ ਇੱਕ ਬਾਰ ਯੈਸ ਹਾਂਜੀ ਕੈਸੇ ਸਾਰੇ All good? ਕੌਣ ਕੌਣ ਇੰਜੋਏ ਕਰ ਰਿਹਾ ਸੀ ਯੂ ਫੈਸਟ ਮਜ਼ਾ ਰਹੇ ਸਭੀ ਕੋ ਸ਼ੋਅ ਡਾਲ ਕੇ ਓਕੇ ਕਮੋ ਚਲੋ ਮੈਂ ਲੜਕੀਓ ਸੇ ਪੁੱਛਦਾ ਦੇਖਣਾ ਆਵਾਜ਼ ਜ਼ਿਆਦਾ ਆਏਗੀ ਲੜਕੀਓ ਕਿਸ ਕਾ ਦਿਲ ਟੂਟਾ ਯਹਾਂ ਪੇ ਵੈਸੇ ਇਹ ਕੁਐਸਚਨ ਪੁੱਛਣਾ ਬਣਤਾ ਨਹੀਂ ਹੈ ਬਟ ਫਿਰ ਵੀ ਲੜਕੀਓ ਕਾ ਟੂਟਤਾ ਤਾਂ ਟੂਟਤਾ ਹੈ ਵੀ ਹਮ ਕਿਆ ਕਰ ਰਹੇ ਹੈ ਨਾ ਓਕੇ ਯੈਸ ਆਜ ਹਮ ਜਿਸ ਚੀਜ਼ ਕੇ ਲਈ ਯਹਾਂ ਪੇ ਪਹੁੰਚੇ ਹੈ ਸੋ ਸੀ ਯੂ ਫੈਸਟ ਸੀ ਯੂ ਕਾ ਸਭ ਸੇ ਬੜਾ ਫੈਸਟ ਹਰ ਸਾਲ ਹੋਤਾ ਹੈ ਜਿਤਨੇ ਵੀ ਕਾਲਜ ਹੈ ਨੌਰਥ ਇੰਡੀਆ ਮੈਂ ਅਗਰ ਮੈਂ ਇੰਡੀਆ ਕੀ ਬਾਤ ਕਰੂੰ ਸਭ ਸੇ ਬੜਾ ਫੈਸਟ ਕਰਵਾਤੀ ਹੈ ਚੰਡੀਗੜ੍ਹ ਯੂਨੀਵਰਸਿਟੀ ਡੈਟ ਇਜ਼ ਸੀ ਯੂ ਫੈਸਟ ਸੋ ਇੱਕ ਵਾਰ ਆਪਣੀ ਯੂਨੀਵਰਸਿਟੀ ਕੇ ਲਈ ਜ਼ੋਰਦਾਰ ਤਾਲੀਆਂ ਏਵਰੀਵਨ ਪਲੀਜ਼ ਓਕੇ ਸੋ ਆਪਕੋ ਹਮ ਲਾਸਟ ਟਾਈਮ ਮਿਲੇ ਥੇ ਯੋਧਾ ਕੀ ਪ੍ਰਮੋਸ਼ਨਸ ਕੇ ਟਾਈਮ ਤਬ ਦਿਨ ਥਾ ਅਭੀ ਰਾਤ ਹੈ ਆਪਕੇ ਫੇਸਿਸ ਵੀ ਦਿਖ ਰਹੇ ਹੈ ਬਟ ਅਭੀ ਜਿਸ ਚੀਜ਼ ਕੇ ਲਈ ਹਮ ਯਹਾਂ ਪੇ ਆਏ ਹੈ ਪੰਜਾਬੀ ਮੂਵੀ ਆ ਰਹੀ ਹੈ ਰੋਡੇ ਕਾਲਜ ਸੋ ਪੰਜਾਬੀ ਕਾਲਜ ਯਹਾਂ ਪੇ ਇੱਕ ਵਾਰ ਹੈਂਡ ਰੇਜ਼ ਕਰਨਾ ਏਵਰੀਵਨ ਓਕੇ ਸੋ ਪੰਜਾਬੀ ਮੂਵੀ ਆ ਰਹੀ ਹੈ ਰੋਡੇ ਕਾਲਜ ਜੋ ਬਹੁਤ ਜਲਦ ਰਿਲੀਜ਼ ਹੋਣ ਵਾਲੀ ਉਸਕਾ ਆਜ ਹਮ ਪਹੁੰਚੇ ਯਹਾਂ ਪੇ ਸੌਂਗ ਲਾਂਚ ਕਰਨੇ ਸੋ ਸਾਰੀ ਸਟਾਰ ਕਾਸਟ ਮੂਵੀ ਕੀ ਔਰ ਜੋ ਸਿੰਗਰਸ ਹੈ ਵੋ ਵੀ ਹਮਾਰੇ ਪਾਸ ਯਹਾਂ ਪੇ ਪਹੁੰਚਨੇ ਵਾਲੇ ਹੈ ਸੋ ਉਸਸੇ ਪਹਿਲੇ ਲੈਟ ਮੀ ਚੈੱਕ ਦੀ ਕੰਪੀਟੀਸ਼ਨ ਬਿਟਵੀਨ ਬੋਇਜ਼ ਐਂਡ ਗਰਲਸ ਕੌਣ ਜ਼ਿਆਦਾ ਐਕਸਾਈਟਿਡ ਹੈ ਓਕੇ ਸੋ ਕਿਸ ਸੇ ਸਟਾਰ ਕਰੇ ਬੋਇਜ਼ ਔਰ ਗਰਲਸ ਅੱਛਾ ਖੁਦ ਹੀ ਬੋਲ ਰਹੇ ਲੜਕੀਆਂ ਸੇ ਕਰੋ ਉਹਨਾਂ ਨੇ ਅਗਰ ਕੰਪੀਟੀਸ਼ਨ ਦਾ ਲੈਵਲ ਸੈੱਟ ਕਰ ਦਿਆ ਫਿਰ ਤੁਹਾਨੂੰ ਬੀਟ ਕਰਨਾ ਪੜੇਗਾ ਉਹ ਰੈਡੀ ਓਕੇ ਗਰਲਸ ਇਟਸ ਯੂਰ ਟਰਨ ਔਨ ਦ ਗਰਲਸ ਆਰ ਯੂ ਰੈਡੀ ਟੂ ਮੇਕ ਸਮ ਨੋਇਜ਼ Very good now boys all the boys are you ready to make some noise
लड़के पता मैं मान गया मैं लड़कों ने छोड़ा लड़के पता खुद बोल रही हूँ ओके चलो अभी हम जिसको स्टेज पे इनवाइट करने वाले हैं सोशल मीडिया आप सारे चलाते हो राइट आप में से कौन कौन है जिसकी रील्स वायरल होती हैं सोशल मीडिया पे कोई इन्फ्लुएंसर्स भी होंगे आप में से है ना जो ब्रांड एंडोर्समेंट्स करते हैं आपकी वीडियोस वगैरह वायरल होती है इंस्टाग्राम पे कोई गाना वगैरह कोई डांस कवर है कोई लड़कों में अच्छा या पढ़ाई लिखाई वाले हो ज्यादा मुझे लग रहा है ना या स्पोर्ट्स वाले हो स्पोर्ट्स वाले कौन है यहाँ पे अच्छा लड़कियां भी हैं स्पोर्ट्स में वेरी गुड ओके ओके यस सर सो नाउ वी गोना वेलकम ऑन स्टेज द फर्स्ट आर्टिस्ट जिनकी वीडियोस इंस्टाग्राम पे सारी वीडियो सिंगिंग की वायरल है वो खुद लिखते हैं खुद म्यूजिक कंपोज करते हैं और खुद ही गाते हैं सो नाउ विदाउट वेस्टिंग एनी टाइम वी गोना वेलकम ऑन स्टेज द वेरी टैलेंटेड रियल सच एक बार जोरदार तालियां फॉर रियल सच एवरीवन सत श्री अकाल भाई सारे उच्ची बोले बनाया तो उम्मीद करता तुम मैं जानते होवोगे तो जिदा मैं गाना गाने लगा तुम उन्होंने जानते होवोगे आ बब्बू मान ले किन्ने मेरा भी मेरे बब्बू मान ही आती है कह रोला पा के कहो हाँ कह आन दो ਹੋ ਜਿਵੇਂ ਕਿਸੇ ਨਾਗ ਨੇ ਤਾਜ਼ੀ ਕੁਝ ਉਤਾਰੀ ਆ ਜਿਵੇਂ ਉੱਪਰਾਂ ਦੇ ਵਿੱਚ ਪੰਛੀ ਰੋਣ ਉਡਾਰੀ ਆ ਦੱਸੋ ਕਿਹਦੇ ਕਿਹਦੇ ਨਾਲ ਮਨਾਵਾ ਯਾਰ ਨੂੰ ਅੱਗੇ ਹੋ ਗਿਆ ਲਹਿਰ ਮੈਨੂੰ ਗਾ ਕੇ ਸੁਣਾਓ ਟੱਚ ਵੁੱਟ ਟੱਚ ਵੁੱਟ ਟੱਚ ਵੁੱਡ ਟੱਚ ਵੁੱਡ ਤੋਬਾ ਮੇਰੀ ਸਰਕਾਰ ਨੂੰ ਜਿਵੇਂ ਰਾਤ ਰਾਣੀ ਮੱਕਾ ਵੰਡਦੀ ਰਾਤਾਂ ਨੂੰ ਜਿਵੇਂ ਕੋਇਲ ਕੂਕੂ ਗੀਤ ਗਾਉਂਦੀ ਬਰਸਾਤਾਂ ਨੂੰ ਜਿਵੇਂ ਰਾਤ ਰਾਣੀ ਮੱਕਾ ਵੰਡਦੀ ਰਾਤਾਂ ਨੂੰ ਜਿਵੇਂ ਕੋਇਲ ਕੂਕੂ ਗੀਤ ਗਾਉਂਦੀ ਬਰਸਾਤਾਂ ਨੂੰ ਦੱਸੋ ਕੀ ਰੋਕਾਂ ਮੈਂ ਇਹ ਗੰਗਾ ਦੀ ਧਾਰ ਨੂੰ ਟੱਚ ਵੁੱਡ ਨਜ਼ਰ ਲੱਗ ਜਾ ਤੋਬਾ ਮੇਰੀ ਸਰਕਾਰ ਨੂੰ ਟੱਚ ਵੁੱਡ ਨਜ਼ਰ ਨਾ ਲੱਗ ਜਾ ਤੋਬਾ ਮੇਰੀ ਸਰਕਾਰ ਨੂੰ ਹੈ ਤੈਨੂੰ ਚੰਨ ਕਿਵੇਂ ਆਖਾਂ ਨੀ ਚੰਨ ਆ ਕੁੜੀਆਂ ਵਾਸਤੇ ਗਾਣਾ ਤਾਂ ਮੈਨੂੰ ਕੁੜੀਆਂ ਦੀ ਆਵਾਜ਼ ਵੱਧ ਹੋਣੀ ਚਾਹੀਦੀ ਹੈ ਤੈਨੂੰ ਚੰਨ ਕਿਵੇਂ ਆਖਾਂ ਕਿਹੜਾ ਬਣੂ ਚਕੌਰ ਤੇਰਾ ਹੰਸ ਗੱਭਰ ਹਾਂ ਤੱਕ ਤੌਰ ਤੇਰੀ ਨੂੰ ਮੋਰ ਵੀ ਮੁੜ ਮੁੜ ਸਜਦਾ ਕਰਦੇ ਨੇ ਤੈਨੂੰ ਫੁੱਲਾਂ ਵਰਗੀ ਮੈਨੂੰ ਫੁੱਲਾਂ ਵਰਗੀ ਉਹ ਚੰਨ ਦੀ ਕੁੜੀ ਸਾਰੇ ਤੈਨੂੰ ਹਾਜ਼ਰੇ ਉੱਤੇ ਉਹ ਪਾਰਵੇ ਵੀ ਡਰ ਕੇ ਰਹਿਣ ਸੁੰਦਰੇ
ਸਿੰਘੇ ਆਇਆ ਦਿਲ ਮੇਰਾ ਚੰਦਰ ਨੂੰ ਪਾ ਕੇ ਵਿਚਾਇਆ ਆ ਜਿਹੜਾ ਕਾੜਾ ਚੱਜਰ ਪਾਇਆ ਲੁਧਿਆਣਾ ਸਾਰੇ ਹੀ ਪਿੱਛੇ ਰਾਇਆ ਲੁਧਿਆਣਾ ਸਾਰੇ ਹੀ ਪਿੱਛੇ ਰਾਇਆ ਮੇਰਾ ਤੱਕ ਤੇ ਬੋਲੇ ਚੰਦੀ ਇਹ ਗੱਲ ਤੂੰ ਵੀ ਜਾਣਦਾ ਵੇ ਤੇਰਾ ਨਾ ਸਹਿ ਹੋਵੇ ਇਸ ਜੱਗ ਤੋਂ ਵੇ ਹੱਥ ਫੜੇ ਅੱਜ ਕੱਲ ਦੇ ਪਲ ਪਲ ਦੇ ਤੈਨੂੰ ਵੇਖਦੀਆਂ ਅੱਖੀਆਂ ਨਾ ਜਾਉਂਦੀਆਂ ਨੇ ਨਾ ਸੌਂਦੀਆਂ ਨੇ ਵੀ ਪੱਕੀਆਂ ਅੱਜ ਕੱਲ ਦੇ ਪਲ ਪਲ ਦੇ ਪਲ ਪਲ ਦੇ ਜੋਗੀਆਂ ਵੇ ਜੋਗੀਆਂ ਵੇ ਜੋਗੀਆਂ ਤੇਰੀ ਜੋਗਣ ਹੋ ਗਈਆਂ ਜੋਗੀਆਂ ਵੇ ਜੋਗੀਆਂ ਵੇ ਜੋਗੀਆਂ ਤੇਰੀ ਜੋਗਣ ਹੋ ਗਈਆਂ ਕੀ ਲਪਟਾਰੀ ਪਾਰਾ ਇਸ਼ਕ ਦੀ ਕੀ ਲਪਟਾਰੀ ਪਾਰਾ ਇਸ਼ਕ ਦੀ ਜੋਗਣ ਹੋ ਗਈਆਂ ਜੋਗੀਆਂ ਵੇ ਜੋਗੀਆਂ ਵੇ ਜੋਗੀਆਂ ਤੇਰੀ ਜੋਗਣ ਹੋ ਗਈਆਂ ਜੋਗੀਆਂ ਵੇ ਜੋਗੀਆਂ ਵੇ ਜੋਗੀਆਂ ਤੇਰੀ ਜੋਗਣ ਹੋ ਗਈਆਂ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਮੇਰੇ ਦੀ ਹੁਣ ਤਾਰੇ ਜ਼ਿੰਦਗੀ ਦੀ ਹੱਕਦਾਰ ਬਣਾ ਕੇ ਜਲ ਦੀ ਕੰਨ ਪੜਵਾ ਦੇ ਜ਼ਿੰਦਗੀ ਦੀ ਹੱਕਦਾਰ ਬਣਾ ਕੇ ਜਲ ਦੀ ਕੰਨ ਪੜਵਾ ਦੇ ਤੇਰੀ ਕਾਸਤੋਂ ਕਰਦਾ ਤੇਰੀ ਕਾਸਤੋਂ ਕਰਦਾ ਵੇ ਮੈਂ ਦੁੱਖ ਭੋਗਣ ਹੋ ਗਈਆਂ ਜੋਗੀਆਂ ਵੇ ਜੋਗੀਆਂ ਵੇ ਤੇਰੀ ਆ ਜੋਗੀਆਂ ਵੇ ਜੋਗੀਆਂ ਵੇ ਕਹਿੰਦੇ ਉਹ ਸਾਗਰ ਦੀ ਵੋਟੀ ਲੈਂਦੀ ਮੈਂ ਕਿਹਾ ਸਾਗਰ ਦੀ ਵੋਟੀ ਲੈਂਦੀ ਸਾਗਰ ਦੀ ਵੋਟੀ ਲੈਂਦੀ ਅੱਗੇ ਕੀ ਆ ਅੱਗੇ ਕੀ ਆ ਅੱਗੇ ਕੀ ਆ ਹੁਣ ਤੁਹਾਨੂੰ ਡਰਾਈਵਰੀ ਸਿਖਾ ਦਾ ਦੀਆਂ ਪਰ ਜਿਹੜੇ ਸਿੱਧਾ ਵਿੱਚ ਮਾਰਦੀ ਉਹਦਾ ਕੀ ਕਰੀ ਇੰਡੀਕਾ ਤਾਂ ਹੀ ਬੰਦ ਹੋਈ ਆ ਮੈਨੂੰ ਲੱਗਦਾ ਲਾਸਟ ਟਾਈਮ ਸਾਗਰ ਦੀ ਵੋਟੀ ਕਰਾ ਕੇ ਆਈ ਅੱਜ ਮੈਂ ਨਹੀਂ ਤੇਰੇ ਫਿਰ ਕੌਣ ਹੋਏਗਾ ਰੂਹ ਮੇਰੀ ਤੜਪੇਗੀ ਜਾਨੀ ਹੋ ਮੇਰਾ ਵੀ ਜੀ ਨਹੀਂ ਲੱਗਣਾ ਦੋ ਦਿਨ ਵਿੱਚ ਮਰ ਜੋ ਸੱਜਣਾ ਮੈਂ ਪਾਗਲ ਹੋ ਜਾਣਾ ਮੈਂ ਰੂਹ ਤੇ ਖੋ ਜਾਣਾ ਤੂੰ ਖੁਦ ਨੂੰ ਨਹੀਂ ਸੰਭਾਲਦੇ ਅੱਜ ਮੈਂ ਨਹੀਂ ਤੇਰੇ ਕੋਲ ਫਿਰ ਕੌਣ ਹੋਏਗਾ ਨਿੰਦੀਆਂ ਨੇ ਛਿੰਨੀਆਂ ਬਲੋਰੀ ਅੱਖਾਂ ਵੇਖ ਕੇ ਨਿੰਦੀਆਂ ਨੇ ਛਿੰਨੀਆਂ ਬਲੋਰੀ ਅੱਖਾਂ ਵੇਖ ਨਸ਼ਾ ਜਬ ਜਿਹਾ ਚੜ ਗਿਆ ਨੀ ਤੇਰਾ ਪਤਾ ਨੀ ਤੇਰੇ ਦਿਲ ਦਾ ਪਤਾ ਨੀ ਤੇਰਾ ਕਹਿ ਗਿਆ ਹੁਣ ਮੈਰਾ ਆ ਦਿਲ ਦਾ ਪਤਾ ਨੀ ਤੇਰਾ ਕਹਿ ਗਿਆ ਹੁਣ ਮੈਂ ਤਾਂ ਮੁੱਖਣਾ ਵੇਖ ਕੇ ਮਰ ਗਿਆ ਨੀ ਨਿੰਦੀਆਂ ਨੇ ਛਿੰਨੀਆਂ ਬਲੋਰੀ ਅੱਖਾਂ ਵੇਖ ਕੇ ਨਿੰਦੀਆਂ ਨੇ ਛਿੰਨੀਆਂ ਬਲੋਰੀ ਅੱਖਾਂ ਵੇਖ ਕੇ ਨਸ਼ਾ ਜਬ ਜਿਹਾ ਚੜ ਗਿਆ ਨੀ ਦਿਲ ਦਾ ਪਤਾ ਨੀ ਤੇਰੇ ਦਿਲ ਆ ਦਿਲ ਦਾ ਪਤਾ ਨੀ ਤੇਰਾ ਕਹਿ ਰਿਹਾ ਹੋਣਾ ਮੈਂ ਤਾਂ ਰਿਹਾ ਹੋਣਾ ਮੈਂ ਤਾਂ ਰਿਹਾ ਹੋਣਾ ਮੈਂ ਤਾਂ ਸਰਦਾ ਨਹੀਂ
ਨਾਲੇ ਸਾਨੂੰ ਪਤਾ ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ। ਮਿੱਤਰਾਂ ਦੇ ਜੰਕਸ਼ਨ ਤੇ ਉਹਨਾਂ ਦਾ ਮਿੱਤਰਾਂ ਦੇ ਜੰਕਸ਼ਨ ਤੇ ਹੱਡ ਤੱਕ ਨਹੀਂ ਆ ਮਿੱਤਰਾਂ ਦੇ ਜੰਕਸ਼ਨ ਤੇ ਰਾਤ ਲੱਗੀਆਂ ਮੈਦਾ ਨਾਰੇ ਮਾਇਆ ਮਿੱਤਰਾਂ ਦੇ ਜੰਕਸ਼ਨ ਤੇ ਰਾਤ ਲੱਗੀਆਂ ਮੈਦਾ ਨਾਰੇ ਆ ਤੈਨੂੰ ਬੱਲੀਏ ਨੀ ਤੈਨੂੰ ਬੱਲੀਏ ਨੀ ਤੈਨੂੰ ਬੱਲੀਏ ਨੀ ਤੇਰਾ ਕੱਟ ਕੇ ਰਾਤ ਬੈਕਰੀ ਬਰਾਂਡੀ ਵਾਲੇ ਮਾਰੇ ਮਿੱਤਰਾਂ ਦੇ ਆ ਮਿੱਤਰਾਂ ਦੇ ਜੰਕਸ਼ਨ ਤੇ ਰਾਤ ਲੱਗੀਆਂ ਮੈਦਾ ਨਾਰੇ ਜਦੋਂ ਤੇਰੀ ਸੋਹਣਿਆਂ ਵਧੀਰ ਹੋ ਜਾਵੇ ਸਾਡੇ ਲਈ ਤਾਂ ਉਹੀ ਜ਼ਿੰਦਗੀਰ ਹੋ ਜਾਵੇ ਜਦੋਂ ਤੇਰੀ ਸੋਹਣਿਆਂ ਵਧੀਰ ਹੋ ਜਾਵੇ ਸਾਡੇ ਲਈ ਤਾਂ ਉਹੀ ਜ਼ਿੰਦਗੀਰ ਹੋ ਜਾਵੇ ਤੈਨੂੰ ਹਰ ਵੇਲੇ ਅੱਖਾਂ ਦੇ ਤਾਰਿਆ ਹਰ ਵੇਲੇ ਅੱਖਾਂ ਦੇ ਤਾਰਿਆ ਵੇ ਅੱਖ ਰਹਿੰਦੀ ਟੌਲਦੀ ਵੇ ਅੱਖ ਰਹਿੰਦੀ ਤੈਨੂੰ ਇਹਦੇ ਗਲੀ ਦੇ ਵਿੱਚ ਸੋਹਣਿਆਂ ਪਟੱਕ ਵਾਰੀ ਖੋਲਦੀ ਪਟੱਕ ਵਾਰੀ ਖੋਲੀ ਤੈਨੂੰ ਇਹਦੇ ਗਲੀ ਦੇ ਵਿੱਚ ਸੋਹਣਿਆਂ ਪਟੱਕ ਵਾਰੀ ਖੋਲੀ ਪਟੱਕ ਵਾਰੀ ਖੋਲੀ ਆਪਣੇ ਦੀਵਾਨੇ ਕਾ ਆਪਣੇ ਦੀਵਾਨੇ ਕਾ ਕਰਦੇ ਪੂਰਾ ਸਿੰਡੀਕੇ ਯੂਨੀਵਰਸਿਟੀ ਦੇ ਸੰਦੇਸ ਲੜਕੀ ਕਮਾਲ ਰਹੇਗੀ ਅੱਖੀਓ ਸੇ ਗੋਲੀ ਮਾਰੇ ਲੜਕੀ ਕਮਾਲ ਰਹੇਗੀ ਅੱਖੀਓ ਸੇ ਗੋਲੀ ਮਾਰੇ ਆਪਣੇ ਦੀਵਾਨੇ ਕਾ ਕਰਦੇ ਪੂਰਾ ਹਾਲ ਰੇ ਅੱਖੀਓ ਸੇ ਗੋਲੀ ਮਾਰੇ ਲੜਕੀ ਕਮਾਲ ਰੇ ਅੱਖੀਓ ਸੇ ਮੁੰਡਿਆਰੋ ਮੈਂ ਫਿਰ ਮਿੱਤਰਾਂ ਦੀ ਇੱਕ ਲੈਣ ਮੇਰੀ ਇੱਕ ਤੁਹਾਡੀ ਮੈਂ ਫਿਰ ਮਿੱਤਰਾਂ ਦੀ ਮੈਂ ਮਿੱਤਰਾਂ ਦੀ ਕੇ ਬੋਲਾਂ ਦੇ ਦੰਦ ਖੁੱਲ ਗਏ ਖੁੱਲ ਗਏ ਜਿੱਥੇ ਦੰਦ ਖੁੱਲਦੇ ਲਲਕਾਰੇ ਵੱਜਦੇ ਆ ਕੇ ਬੋਤਲਾਂ ਦੇ ਦੰਦ ਖੁੱਲ ਗਏ ਬੋਤਲਾਂ ਦੇ ਦੰਦ ਖੁੱਲ ਗਏ ਕੇ ਮੇਰਾ ਜ਼ਿਕਰ ਹੋਇਆ ਮੁੰਡਿਆ ਸੱਜ ਦੀ ਰੋਜ਼ ਜਵਾਰੇ ਮੈਂ ਫਿਰ ਮਿੱਤਰਾਂ ਦੀ ਸੱਜ ਦੀ ਰੋਜ ਚ ਬਾਰੇ ਮਾਹੀ ਦੇ ਓ ਕਿਸਮਤ ਤੇ ਕੀੜਾ ਹਾਜ਼ੋ ਕਿਸਮਤ ਦੇ ਮਾਰੇ ਦੇਸੀ ਕੀ ਕਿਸਮਤ ਦੇ ਮਾਰੇ ਸਿੱਖੀ ਕਰੀਏ ਕਿਸਮਤ ਦੇ ਮਾਰੇ ਤੇ ਸਿੱਖੀ ਕਰੀਏ ਆ ਕਿਸਮਤ ਤੇ ਓ ਮਾਹੀ ਦੇ ਮੁਹੱਬਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁਝ ਹੋ ਚੰਨਾ ਸੋਹਣੇ ਲਾਗੇ ਤਨ ਮੇਰੀ ਇੱਕ ਗੱਲ ਮੰਨ ਚੰਨਾ ਸੋਹਣੇ ਲਾਗੇ ਤਨ ਮੇਰੀ ਇੱਕ ਗੱਲ ਮੰਨ ਤੇਰਾ ਮੇਲ ਤੂੰ ਜੱਟੀ ਦੇ ਮੂਗਾ ਦੇ ਹਾਰੀਆਂ ਦੇ ਨਾਰੋਂ ਚਿੱਟੇ ਲੇ ਕੇ ਪੂਤੜਾਂ ਦੇ
ਹੁੰਦਾ ਜਿਹੇ ਖੰਭੇ ਚੱਲ ਦੇ ਨਾ ਕਰੀ ਤੇ ਵੇੜਾ ਤੇਰਾ ਤੰਗ ਦੇ ਵੀਰ ਕੰਨੇ ਚੂਕ ਦੀ ਵਾਰੇ ਆਣੀਆਂ ਦੇ ਮਾਰੋ ਦੇ ਮੈਰੋ ਕਾਰ ਬੰਦਾ ਦੇ ਹਾਣੀਆਂ। ਥੈਂਕ ਯੂ ਸੋ ਮਚ। ਸਵਾਲ ਆਇਆ ਸਾਨੂੰ ਮੇਰਾ ਵੀਰੇ ਫਿਰ ਆਪਣੇ ਨਾਂ ਦੇ ਲਾੜੀ ਮਾਰ ਦਿਓ। ਧੰਨਵਾਦ ਸੋ ਮਚ। ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਚੈੱਕ ਕਰ ਸਕਦੇ ਹੋ ਰੀਅਲ ਸੱਚ ਦੇ ਨਾਂ ਤੋਂ। ਥੈਂਕ ਯੂ ਸੋ ਮਚ। ਬਹੁਤ ਸਤਿਕਾਰ, ਬਹੁਤ ਪਿਆਰ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਸਾਰੇ ਤੁਸੀਂ? ਸੋ ਜਿਸ ਸਿਲਸਿਲੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਹਾਂ, ਸਭ ਤੋਂ ਪਹਿਲਾਂ ਤੁਹਾਨੂੰ ਇਸ ਫੈਸਟ ਲਈ ਬਹੁਤ ਬਹੁਤ ਮੁਬਾਰਕਾਂ। ਬਹੁਤ ਸੋਹਣਾ ਔਰਗਨਾਈਜ਼ ਕੀਤਾ ਤੁਸੀਂ, ਅਤੇ ਰੋਡੇ ਕਾਲਜ ਮੂਵੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਉਹਦੇ ਲਈ ਹੈਪੀ ਰੋਡੇ ਬਾਈ, ਅਤੇ ਜਿੰਨੀ ਵੀ ਸਾਰੀ ਉਹਨਾਂ ਦੀ ਕਾਸਟ ਆ ਜਿਨ੍ਹਾਂ ਨੇ ਇਸ ਵਿੱਚ ਫਰੰਟ 'ਤੇ ਆ ਕੇ ਜਾਂ ਬੈਕ 'ਤੇ ਸਪੋਰਟ ਕੀਤਾ ਹੈ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਆਪਾਂ ਸ਼ੁਰੂ ਕਰੀਏ ਕਿਸਮਤ ਉਪਾਰ ਦੀ ਗੱਲ ਨੂੰ, ਇਹਨਾਂ ਪਿਆਰ ਦੇਣ ਲਈ, ਮੈਨੂੰ ਇਹ ਪਹਿਚਾਣ ਦੇਣ ਲਈ। ਸੋ ਮੇਰੀ ਇਹ ਇੱਛਾ ਹੈ ਕਿ ਮੈਂ ਥੋੜ੍ਹੀਆਂ ਲਾਈਨਾਂ ਲਾਈਵ ਜ਼ਰੂਰ ਗਾਵਾਂ ਉਸ ਗੀਤ ਦੀਆਂ। ਸੋ ਸਿਰਫ ਤੁਹਾਡੇ ਲਈ ਉਹਦੀਆਂ ਕੁਛ ਲਾਈਨਾਂ ਨੇ। ਟੁੱਟੇ ਦਿਲਾਂ ਦੇ ਲਾਜੀ ਨਹੀਂ ਉਹ ਕੋਈ ਵੇ ਜੁੜਿਆਂ ਦੇ ਲੱਖ ਸੱਜਣਾ, ਟੁੱਟੇ ਦਿਲਾਂ ਦੇ ਲਾਜੀ ਨਹੀਂ ਉਹ ਕੋਈ ਵੇ ਜੁੜਿਆਂ ਦੇ ਲੱਖ ਸੱਜਣਾ, ਸਾਥ ਤੇਰੇ ਬਿਨਾਂ ਜੀ ਨਹੀਂ ਉਹ ਹੋਣਾ ਹੋਈ ਨਾ ਕਦੇ ਲੱਖ ਸੱਜਣਾ, ਸਾਥ ਤੇਰੇ ਬਿਨਾਂ ਜੀ ਨਹੀਂ ਉਹ ਹੋਣਾ ਹੋਈ ਨਾ ਕਦੇ ਲੱਖ ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ, ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ ਜਿਹੜੀ ਸਾਡੇ ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਥੈਂਕ ਯੂ ਸੋ ਮਚ। ਸੋ ਨੈਕਸਟ ਟਰੈਕ, ਕਿਸੇ ਵੀ ਗੀਤ ਦੀ ਤੁਹਾਨੂੰ ਇੱਛਾ ਹੋਵੇ ਕਿ ਅਸੀਂ ਇਹ ਸੁਣਨਾ ਹੈ ਤਾਂ ਮੈਂ ਜ਼ਰੂਰ ਤੁਹਾਡੇ ਅੱਗੇ ਸੁਣ। ਸੋ ਇੱਕ ਬੀਬੀ ਸੁਰਿੰਦਰ ਕੌਰ ਜੀ ਦਾ ਗੀਤ, ਉਮੀਦ ਹੈ ਤੁਸੀਂ ਸਾਰੇ ਸਾਥ ਦਿਓਗੇ ਕਿਉਂਕਿ ਉਹਨਾਂ ਦਾ ਗੀਤ ਮੈਂ ਹਰ ਸਟੇਜ 'ਤੇ ਜ਼ਰੂਰ ਸ਼ੇਅਰ ਕਰਦੀ ਹਾਂ, ਅਤੇ ਕੁੜੀਆਂ ਨੂੰ ਮੈਂ ਕਹੂੰਗੀ ਨਾਲ ਨਾਲ ਤਾੜੀਆਂ, ਅਤੇ ਤੁਸੀਂ ਵੀ ਆ ਜਾਓ। ਸ਼ਾਵਾ ਕੁੰਡ ਚੁੱਕ ਕੇ ਸ਼ਾਵਾ ਕੁੰਡ
ਮੁੰਡ ਚੁੱਕ ਕੇ ਚੱਕ ਕਿਹੜੀ ਮੈਂ ਪਾਈ ਰਾਤ ਨੂੰ ਵੇ ਅੱਗੇ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ ਵੇ ਅੱਗੇ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ ਉਮਰ ਕੀ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਤੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿੱਟੀ ਪਈ ਏ ਬਸ ਇੱਕ ਉਸੇ ਸ਼ੈ ਨੂੰ ਹਾਰੀ ਬੈਠੇ ਆ ਤੇ ਬਾਕੀ ਦੁਨੀਆ ਜੋੜ ਹੋਣਾ ਨੇ ਜਿੱਤੀ ਪਈ ਏ ਧੁੰਦੜੇ ਧੁੰਦੜੇ ਨੈਣ ਨਕਸ਼ ਉਹਦੇ ਚੇਤੇ ਨੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿੱਟੀ ਪਈ ਖੁੱਲਿਆਂ ਵਾਲਾਂ ਵਿੱਚ ਨਹੀਂ ਭੁੱਲਦਾ ਕਹਿਰ ਹਸੀਨਾ ਦਾ ਸਿਲਕੀ ਵਾਲ ਤੇ ਜੈੱਡ ਬਲੈਕ ਸ਼ੌਲ ਪਸ਼ਮੀਨਾ ਦਾ ਹਾਏ ਉਹਨੂੰ ਤਾਂ ਕੋਈ ਖਬਰਾਂ ਨਹੀਂ ਮੇਰੇ ਹਾਲ ਦੀਆਂ ਅੱਜ ਵੀ ਡੰਗ ਕੇ ਹਿੱਕ ਦੇ ਉੱਤੇ ਮਿੱਟੀ ਪਈ ਏ ਧੁੰਦੜੇ ਧੁੰਦੜੇ ਨੈਣ ਨਕਸ਼ ਉਹਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿੱਟੀ ਪਈ ਟੱਕ ਲੈ ਕੋਈ ਇੱਕ ਵਾਰ ਮੁਸੀਬਤ ਪਾ ਸਕਦੀ ਹੀਰ ਤੋਂ ਸੋਹਣੀ ਮੁੜ ਕੋਈ ਕਿੱਦਾਂ ਆ ਸਕਦੀ ਏ ਹਾਏ ਹੱਸ ਕੇ ਕਿੱਦਾਂ ਲੁੱਟਣੇ ਤਖ਼ਤ ਹਜ਼ਾਰੇ ਓਏ ਅੱਜ ਦੀ ਨਹੀਂ ਉਹ ਰੱਬ ਵੱਲੋਂ ਹੀ ਸਿੱਖੀ ਪਈ ਏ ਧੁੰਦੜੇ ਧੁੰਦੜੇ ਨੈਣ ਨਕਸ਼ ਉਹਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿੱਟੀ ਪਈ ਏ ਸੀ ਉਹਦੇ ਬੰਦਾ ਠੀਕ ਠਾਕ ਹਾਂ ਹੁਣ ਬਣੇਗਾ ਹੁਣ ਪਤਾ ਲੱਗਦਾ ਕਿ ਸਾਰੇ ਠੀਕ ਠਾਕ ਹੀ ਇੱਕ ਵਾਰੀ ਪਿੱਛੇ ਤੱਕ ਆਪੋ ਆਪਣੇ ਫੋਨ ਦੀਆਂ ਫਲੈਸ਼ ਲਾਈਟਾਂ ਆਨ ਕਰਕੇ ਇੱਦਾਂ ਕਰੋ ਫਿਰ ਪਤਾ ਲੱਗਣਾ ਠੀਕ ਹੈ ਕਿ ਨਹੀਂ ਤਾਂ ਇੱਦਾਂ ਲੱਗੀ ਜਾਂਦਾ ਖਰੇ ਠੰਡ ਲੱਗੀ ਜੇਬਾਂ 'ਚ ਹੱਥ ਪਾਏ ਅਜੇ ਤਾਂ 5, 7, 10, 12, 14, 16, 18 ਪੂਰੇ ਫੋਨ ਨਿਕਲੇ ਨਹੀਂ ਅਜੇ ਤੱਕ ਪਿੱਛੇ ਤੱਕ ਇੱਕ ਵਾਰੀ ਸਾਰੇ ਜਾਣੇ ਫੋਨ ਚੱਕ ਕੇ ਹਾਂ ਉਹਦੇ ਤੋਂ ਬਾਅਦ ਫਿਰ ਮੈਂ ਨਵਾਂ ਗਾਣਾ ਸੁਣਾਉਂਦਾ ਜਿਹੜਾ ਹੁਣ ਅੱਗੇ ਆਉਣਾ ਈਪੀ ਦੇ ਵਿੱਚ ਸੁਣਾਦਾ ਇੱਕ ਵਾਰੀ ਸੀਯੂ ਦੇ ਲਈ ਜ਼ੋਰਦਾਰ ਤਾੜੀ ਜ਼ੋਰਦਾਰ ਸਾਰੇ ਜਣ ਖਿੱਚ ਕੇ ਵੇਖੋ ਤੁਸੀਂ ਤਾਂ ਕਿਸੇ ਨੇ ਨਾ ਕੋਈ ਬੱਚਾ ਚੱਕਿਆ ਨਾ ਹੀ ਕਿਸੇ ਨੇ ਕੋਈ ਪੈਗ ਹੱਥ 'ਚ ਫੜਿਆ ਸੋ ਤੁਸੀਂ ਖੁੱਲ੍ਹ ਕੇ ਇੱਕ ਵਾਰੀ ਜ਼ੋਰਦਾਰ ਤਾੜੀ ਲਾਓ ਪਤਾ ਤਾਂ ਲੱਗੇ ਜਵਾਨੀ ਹਾਂ ਪਤਾ ਲੱਗੇ ਸੀਯੂ ਆਏ ਯਾਰ ਇਸ ਉਮਰ 'ਚ ਤਾਂ ਗਰੰਟੀ ਬਹੁਤ ਹੁੰਦਾ ਸੋ ਨਵੇਂ ਗਾਣੇ 'ਚ ਦੋ ਲਾਈਨਾਂ ਕਿ ਨਵੀਆਂ ਨਵੀਆਂ ਲੱਗੀਆਂ ਹੀ ਸੀ ਲੱਗੀਆਂ ਕਾਹਦੀਆਂ ਠੱਗੀਆਂ ਹੀ ਸੀ
ਮਿੱਤਰਾਂ ਨੇ ਕਦੇ ਗੋਲੀ ਨਹੀਂ ਗੱਲ ਗਰਮ ਹਵਾਵਾਂ ਵਗੀਆਂ ਨਹੀਂ ਸੀ ਇੰਨਾ ਦਿਲ ਦੇ ਨੇੜੇ ਛੇੜੇ ਪਤਾ ਨਹੀਂ ਕਿੱਦਾਂ ਡੰਗ ਜਾਂਦੇ ਨੇ ਹੁਣ ਸਾਡੀ ਦਿੱਤੇ ਮਫਲਰੇ ਉਹਨੇ ਮੂੰਹ ਲੁਕਾ ਕੇ ਲੰਘ ਜਾਂਦੇ ਨੇ ਹੁਣ ਸਾਡੀ ਦਿੱਤੇ ਮਫਲਰੇ ਉਹਨੇ ਮੂੰਹ ਲੁਕਾ ਕੇ ਲੰਘ ਜਾਂਦੇ ਨੇ ਸੋ ਗਾਣਾ ਬਹੁਤ ਜ਼ਬਰਦਸਤ ਰਿਲੀਜ਼ ਕਰ ਰਹੇ ਈਪੀ ਲੈ ਕੇ ਆ ਰਹੇ ਚਾਰ ਗਾਣਿਆਂ ਦੀ ਉਹਦੇ ਵਿੱਚ ਇੱਕ ਇਹ ਆ ਅਤੇ ਤਿੰਨ ਗਾਣੇ ਹੋਰ ਹੈ ਉਹ ਜੇ ਤੁਹਾਨੂੰ ਟਾਈਮ ਪਾ ਕੇ ਸੁਣਾਵਾਂ ਆਓ ਜੀ ਹੋ ਜਾਣ ਤੋਂ ਪਿਆਰੇ ਆ ਵੇ ਬਾਲਾ ਚਾਉਣ ਵਾਲਿਆ ਰੁੱਸੀ ਹੋਈ ਨੂੰ ਤੂੰ ਚੰਨਾ ਗੜ ਲਾਉਣ ਵਾਲਿਆ ਮਾਪਿਆਂ ਦੀ ਕੱਲੀ ਕੱਲੀ ਲਾਡ ਲਹੀਰ ਕਾਨ ਮਾਪਿਆਂ ਦੀ ਕੱਲੀ ਕੱਲੀ ਲਾਡ ਲਹੀਰ ਕਾਨ ਗੱਲਾਂ ਮਿੱਠੀਆਂ ਦਾ ਪੱਟ ਲਈ ਆਉਂਦਾ ਖਿੱਚ ਕੇ ਮੈਂ ਭੇਜੀ ਚੰਨਾ ਫੁੱਲਾਂ ਨਾਲ ਫੋਟੋ ਦੱਸ ਫੁੱਲ ਸੋਹਣੇ ਲੱਗਦੇ ਕਿ ਮੈਂ ਉਹ ਖਿੱਚ ਕੇ ਮੈਂ ਭੇਜੀ ਚੰਨਾ ਫੁੱਲਾਂ ਨਾਲ ਫੋਟੋ ਦੱਸ ਫੁੱਲ ਸੋਹਣੇ ਲੱਗਦੇ ਕਿ ਮੈਂ ਅੱਧੀ ਅੱਧੀ ਰਾਤ ਤੱਕ ਮੈਂ ਪੜ੍ਹਦੀ ਵੇ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਅੱਧੀ ਅੱਧੀ ਰਾਤ ਤੱਕ ਮੈਂ ਪੜ੍ਹਦੀ ਵੇ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਹੌਲੀ ਬੋਲ ਕੋਈ ਸੁਣ ਨਾ ਲਵੇ ਹੌਲੀ ਬੋਲ ਕੋਈ ਸੁਣ ਨਾ ਲਵੇ ਹੈ ਸਾਨੂੰ ਵੀ ਇਹੋ ਬਿਮਾਰੀ ਉਹ ਅੱਧੀ ਅੱਧੀ ਰਾਤ ਤੱਕ ਮੈਂ ਪੜ੍ਹਦੀ ਵੇ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਸੋ ਜੀ ਗਾਣਾ ਕਾਲਜ ਅਤੇ ਯੂਨੀਵਰਸਿਟੀ ਦੇ ਇੱਕ ਵਾਰੀ ਜ਼ੋਰਦਾਰ ਤਾੜੀ ਲਾਓ ਇਸ ਯੂਨੀਵਰਸਿਟੀ ਦੇ ਲਈ ਤੁਸੀਂ ਆਪਣੀ ਸਟੂਡੈਂਟ ਲਾਈਫ ਦੇ ਲਈ ਤਾੜੀ ਲਾਓ ਹੋ ਅੰਮ੍ਰਿਤਸਰ ਦਾ ਕਿਹੜਾ ਲੱਗਦਾ ਖਾਸ ਵਜਾ ਕਰਕੇ ਸੋਚੀ ਨਾ ਕਿ ਤੇਰੀ ਸੂਰਤ ਵੇਖਣ ਆਉਂਦੇ ਆ ਇੱਕ ਖਿੱਚ ਹੁੰਦੀ ਮੈਨੂੰ ਮੇਰੇ ਯਾਰਾਂ ਦੀ ਤੇ ਦੂਜਾ ਖਾਲਸਾ ਕਾਲਜ ਮੱਥਾ ਟੇਕਣ ਆਉਂਦੇ ਆ ਅੱਜ ਵੀ ਮਿਲੇ ਸਕੂਨ ਇਮਾਰਤ ਵੱਲ ਨੂੰ ਮੂੰਹ ਕਰਕੇ ਕੁਝ ਪਲ ਲਈ ਤੇ ਫੇਰ ਦਾਖਲਾ ਲੈ ਲਿਆ ਲੱਗਦਾ ਹੈ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਕੋਈ ਦਿਲ ਦਾ ਟੋਟਾ ਅੱਜ ਵੀ ਉੱਥੇ ਰਹਿ ਗਿਆ ਲੱਗਦਾ ਹੈ ਉਹ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਕੋਈ ਦਿਲ ਦਾ ਟੋਟਾ ਅੱਜ ਵੀ ਉੱਥੇ ਰਹਿ ਗਿਆ ਲੱਗਦਾ ਹੈ ਸੀਯੂ ਦੀ ਭੰਗੜੇ ਦੀ ਟੀਮ ਕਿੱਥੇ ਆ ਇੱਕ ਵਾਰੀ ਜ਼ੋਰਦਾਰ ਤਾੜੀ ਭੰਗੜੇ ਵਾਲਿਆਂ ਲਈ ਇੱਕ ਵਾਰੀ ਪਿੱਛੇ ਤੱਕ ਹੂਡੀ ਕਰਕੇ ਦੱਸ ਦਿਓ ਕਿ ਭੰਗੜੇ ਦੀ ਪਿਆਰ ਕੌਣ ਕੌਣ ਕਰਦਾ ਹੋ ਭੰਗੜੇ ਵਾਲੇ ਦਿਨ ਤਾਂ ਵਰਦੀ ਵਿੱਚ ਹੀ ਛਾਉਂਦੇ ਸੀ ਤੇ ਗਿੱਧਿਆਂ ਵਾਲੇ ਦਿਨ ਨੂੰ ਝੱਗੇ ਨਵੇਂ ਲਿਆਉਂਦੇ ਸੀ ਜੇ ਨਾਲ ਕਿਸੇ ਦੇ ਖੜੇ ਖਲੋਤੇ ਵੇਖ ਲਿਆ ਆ ਸਾਰਿਆਂ ਸੜਦੇ ਰਹਿਣਾ ਨੰਬਰ ਲੈ ਗਿਆ ਲੱਗਦਾ ਏ ਹੋ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਕੋਈ ਦਿਲ ਦਾ ਟੋਟਾ ਅੱਜ ਵੀ ਉੱਥੇ ਰਹਿ ਗਿਆ ਲੱਗਦਾ ਏ ਕਿ ਅੱਖਾਂ ਨੀਚ ਕੇ ਲੰਘਿਆ ਵੇਲਾ ਇਸ਼ਕ ਪੜਾਈਆਂ ਦਾ ਸੱਚ ਸਿਆਣੇ ਕਹਿੰਦੇ ਉਹ ਵੇਲਾ ਹੁੰਦਾ ਸ਼ਦਾਈਆਂ ਦਾ ਉਹ ਵੀ ਦੀਦ ਯਾਰਾਂ ਦੀ ਕਰਕੇ ਕਿੱਥੇ ਰੱਜਦੀ ਸੀ ਘੁੰਮਣ ਜਾਣਾ ਤੇ ਸਿੱਧੀ ਬਰੇਕ ਡਲੋਜ਼ੀ ਵੱਜਦੀ ਸੀ ਦੋ ਪਲ ਬਹਿ ਜਾ ਕੋਲ ਮੈਂ ਅੱਜ ਨਹੀਂ ਜਾਣ ਦੇਣਾ ਉਹਦੀਆਂ ਜੜਾਂ 'ਚ ਅੱਜ ਕਨੇਡਾ ਬਹਿ ਗਿਆ ਲੱਗਦਾ ਇਹ
ਉਹ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ, ਕੋਈ ਦਿਨ ਦਾ ਟੁੱਟਾ ਅੱਜ ਵੀ ਉੱਥੇ ਰਹਿ ਗਿਆ ਲੱਗਦਾ ਹੈ। ਸੋ ਇੱਕ ਬਹੁਤ ਜ਼ਰੂਰੀ ਗੱਲ, ਤੁਸੀਂ ਹੁਣ ਕਾਲਜ 'ਚ ਪੜ੍ਹ ਰਹੇ ਹੋ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਆਪਣੇ ਸੀਨੀਅਰਸ ਦੀ ਬਹੁਤ ਰਿਸਪੈਕਟ ਕਰਨੀ, ਹਮੇਸ਼ਾ ਰਿਸਪੈਕਟ ਕਰਨੀ। ਇੱਕ ਵਾਰੀ ਜ਼ੋਰਦਾਰ ਤਾੜੀ ਲਾਓ ਆਪਣੇ ਸੀਨੀਅਰਸ ਲਈ। ਤੁਸੀਂ ਅੱਜ ਕਾਲਜ 'ਚ ਪੜ੍ਹ ਰਹੇ ਹੋ, ਤੁਸੀਂ ਪਾਸ ਆਊਟ ਹੋ ਜਾਣਾ, ਅਤੇ ਆਪਾਂ ਇਹ ਸੋਚਦੇ ਕਿ ਨਹੀਂ ਕਿਸੇ ਨੇ ਨਹੀਂ ਮਿਲਣਾ, ਪਰ ਸਾਡੇ ਸੀਨੀਅਰ ਸਾਨੂੰ ਸਾਡੇ ਤੋਂ ਅੱਗੇ ਕਿਤੇ ਨਾ ਕਿਤੇ ਮਿਲ ਹੀ ਜਾਣੇ, ਅਤੇ ਕੰਮ ਵੀ ਉਹੀ ਆਉਂਦੇ ਜੀ। ਸੋ ਇੱਕ ਵਾਰੀ ਜ਼ੋਰਦਾਰ ਤਾੜੀ ਸੀਨੀਅਰਸ ਲਈ। ਹੋ ਕਦੇ ਨਹੀਂ ਮੁੜ ਕੇ ਆਉਣ ਦਿੱਤਾ ਵੇ ਦਿਲ 'ਚੋਂ ਕੱਢਿਆਂ ਨੂੰ, ਅੱਜ ਵੀ ਨੀਵੇਂ ਹੋ ਕੇ ਮਿਲੀਏ ਆਪਣੇ ਵੱਡਿਆਂ ਨੂੰ। ਹੋ ਲੋੜ ਪਈ ਤੋਂ ਅੱਜ ਵੀ ਪਾਣੀ ਨਾਲ ਹੀ ਤਣਦੀ ਏ, ਜੇ ਬੈਠੇ ਆ ਸੀਨੀਅਰ ਆ ਜੇ ਕੁਰਸੀ ਛੱਡਣੀ ਬਣਦੀ ਹੈ। ਜੀ ਜੀ ਆਖ ਬੁਲਾਇਆ ਯਾਰ ਕਮਾ ਲੈ ਨੇ, ਮੁੱਲ ਦੁਨੀਆ ਤੇ ਆਉਣ ਦਾ ਸੱਚੀ ਪੈ ਗਿਆ ਲੱਗਦਾ ਹੈ। ਹੋ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ, ਕੋਈ ਦਿਲ ਦਾ ਟੋਟਾ ਅੱਜ ਵੀ ਉੱਥੇ ਰਹਿ ਗਿਆ ਲੱਗਦਾ ਹੈ। ਲਾਓ ਕਰ ਜ਼ੋਰਦਾਰ ਤਾੜੀ ਇਸ ਯੂਨੀਵਰਸਿਟੀ ਲਈ, ਇਸ ਕਾਲਜ ਲਈ। ਅਸੀਂ ਸਾਰੇ ਕਾਲਜ 'ਚੋਂ ਪਾਸ ਆਊਟ ਹਾਂ, ਪਰ ਸਭ ਤੋਂ ਜਿਹੜੀ ਬੈਸਟ ਲਾਈਫ ਤੁਸੀਂ ਜੀ ਰਹੇ ਹੋ ਇਹ ਕਾਲਜ ਲਾਈਫ ਹੀ। ਜਦੋਂ ਇੱਥੋਂ ਪਾਸ ਆਊਟ ਹੋ ਕੇ ਚੱਲ ਗਏ, ਕੁਛ ਨਹੀਂ ਲੱਭਣਾ, ਜ਼ਿੰਮੇਵਾਰੀਆਂ ਵੱਧ ਜਾਂਦੀਆਂ। ਆਓ ਜੀ, ਸੋ ਚੰਡੀਗੜ੍ਹ ਯੂਨੀਵਰਸਿਟੀ ਜ਼ੋਰਦਾਰ ਤਾੜੀਆਂ ਫੋਰ ਬਨੀ ਜੋਲ ਐਵਰੀਵਨ। ਸੋ ਪਹਿਚਾਣ ਦੀਏ ਨਾ ਮੇਰਾ ਮੁੱਖ ਸਿਆਣ ਦੀਏ ਨਾ, ਹੋ ਬੜੀ ਮੁਹੱਬਤ ਸੀ ਤੇਰੇ ਨਾ, ਤੇ ਸੀ ਦਾ ਮਤਲਬ ਜਾਣ ਦੀਏ ਨਾ, ਕਿ ਚੰਗਾ ਹੁੰਦਾ ਦਿਲ ਨਾ ਦਿੰਦੇ, ਜੇ ਦਿਲ ਦਿੰਦਾ ਤੇ ਫਿਰ ਢਿੱਲ ਨਾ ਦਿੰਦੇ, ਹੋ ਤੇਰੀ ਜਗ੍ਹਾ ਕੋਈ ਹੋਰ ਹੁੰਦਾ ਜੇ, ਤੇ ਕਸਮ ਖੁਦਾ ਦੀ ਛਿੱਲ ਨਾ ਦਿੰਦੇ। ਟੁੱਟਾ ਦਿਲ ਕਿੱਥੇ ਸੱਜਣਾ ਮੁੜ ਕੇ ਫਿਰ ਜੁੜਦਾ ਏ, ਕੋਈ ਕਾਲੇ ਪਾਣੀ ਜਾ ਕੇ ਕਿੱਥੇ ਫਿਰ ਮੁੜਦਾ ਏ। ਇਹ ਮਿੱਠੀਆਂ ਮੁੱਠੀਆਂ ਗੱਲਾਂ ਦੇ ਵਿੱਚ ਆਉਂਦਾ ਨਹੀਂ, ਜ਼ਹਿਰ ਹੋ ਗਿਆ ਟੁੱਟਿਆ ਈ ਕੁਝ ਇਸ ਤਰ੍ਹਾਂ ਏ। ਇਹ ਦਿਲ ਨੂੰ ਹੁਣ ਪਿਆਰ ਵਿਆਰ ਤਾਂ ਹੋਣਾ ਹੀ ਨਹੀਂ, ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ। ਇਹ ਦਿਲ ਨੂੰ ਹੁਣ ਪਿਆਰ ਵਿਆਰ ਤਾਂ ਹੋਣਾ ਹੀ ਨਹੀਂ, ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ। ਕਿ ਨਾਪਣ ਤੁਰ ਗਏ ਸੀ ਗਹਿਰਾਈਆਂ ਅੱਖਾਂ ਵਾਲੀਆਂ ਚੀਲਾਂ ਦੀ, ਮੈਂ ਮਿੱਟੀ ਦੇ ਤੇਲ ਜਿਹਾ ਨਾਲ ਡੱਬੀ ਲੈ ਗਿਆ ਤੀਲਾਂ ਦੀ। ਆ ਬੂਟੇ ਬਾਟੇ ਪਿਆਰਾਂ ਵਾਲੇ ਨਕਲੀ ਨੇ, ਸਾਨੂੰ ਤੇਜ ਹਵਾਵਾਂ ਪੁੱਟਿਆ ਈ ਕੁਝ ਇਸ ਤਰ੍ਹਾਂ ਏ। ਇਹ ਦਿਲ ਨੂੰ ਹੁਣ ਪਿਆਰ ਵਿਆਰ ਤਾਂ ਹੋਣਾ ਹੀ ਨਹੀਂ, ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ। ਅੱਛਾ ਚਲੋ, ਬੋਲੀਆਂ ਬੋਲੀਆਂ ਵਾਲੀ ਤਾੜੀ ਤਾਂ ਸਾਰਿਆਂ ਨੂੰ ਵਜਾਉਣੀ ਆਉਂਦੀ ਨਾ, ਆਓ ਚਲੋ ਥੋੜ੍ਹਾ ਨੱਚਣ ਵਾਲਾ ਮਾਹੌਲ ਬਣਾ ਲਈਏ। ਪਰ ਬੋਲੀਆਂ ਤਾਂ ਪਾਵਾਂਗੇ ਜੇ ਤੁਸੀਂ ਤਾੜੀ ਸਾਰੇ ਜਣੇ ਨਾਲ ਵਜਾਓਗੇ। ਆਓ ਜੀ ਫਿਰ।
ਆ ਮੇਰੀ ਸੱਸ ਬੜੀ ਕਪੱਤੀ ਮੈਨੂੰ ਪਾਉ ਨਾ ਦੇਵੇ ਜੁੱਤੀ, ਸੱਸ ਬੜੀ ਕਪੱਤੀ ਮੈਨੂੰ ਪਾਉ ਨਾ ਦੇਵੇ ਜੁੱਤੀ, ਮੈਂ ਵੀ ਜੁੱਤੀ ਪਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਮੈਂ ਤੇਰੀ ਮਾਂ ਫੜਕਾਉਣੀ ਆ, ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਮੈਂ ਤੇਰੀ ਮਾਂ ਫੜਕਾਉਣੀ ਆ, ਭੈੜਾ ਆਰਦਾ ਨੀ ਭੈੜਾ ਪਾਰਦਾ ਨੀ ਭੈੜਾ ਆਰਦਾ ਨੀ ਭੈੜਾ ਪਾਰਦਾ ਨੀ, ਉਹ ਮੈਨੂੰ ਬਾਰੀ ਚ ਖਲੋ ਕੇ ਵਾਜਾ ਮਾਰਦਾ ਨੀ, ਉਹ ਮੈਨੂੰ ਬਾਰੀ ਚ ਖਲੋ ਕੇ ਵਾਜਾ ਮਾਰਦਾ ਨੀ। ਥੈਂਕ ਯੂ ਸੋ ਮਚ, ਥੈਂਕ ਯੂ। ਇਸ ਦੌਰ ਦਾ ਤਾੜੀਆਂ ਫੋਰ ਬਣੀ ਜੋ ਲੜੀ ਵਾਲੇ ਕਾਉਂਟਰ ਮੇਰੇ ਸਾਥ ਚੈਂਡਰ ਆਵਾਜ਼ ਕਮ ਆਈ ਹੈ ਦੁਬਾਰਾ ਕਰ ਦੂੰਗਾ ਚੈਂਡਰ 8 6 5 4 3 2 1 This time to go for stage the lead hero of the movie Tanveer Singh. ਜ਼ੋਰਦਾਰ ਤਾੜੀਆਂ ਪਲੀਜ਼ ਫੋਰ ਤਨਵੀਰ ਸਿੰਘ ਐਵਰੀਵਨ। ਸੋ ਜਿਵੇਂ ਥੀਏਟਰ ਵਾਲਿਆਂ ਨੂੰ ਨਹੀਂ ਪਤਾ ਹੋਊਗਾ ਕਿ ਯੈਸ, ਸੋ ਜ਼ੋਰਦਾਰ ਤਾੜੀਆਂ ਫੋਰ ਅਰਵਿੰਦਰ ਕੌਰ, ਮਨਪ੍ਰੀਤ ਡੋਲੀ, ਸੋਨਪ੍ਰੀਤ ਜਵੰਦਾ ਭਾਜੀ, ਕਵੀ ਸਿੰਘ, ਰਾਜ ਜੋਧਰ, ਰਾਹੁਲ ਜੇਟਲੀ, ਵਿਸ਼ਾਲ ਬਰਾੜ ਐਂਡ ਪੀਰਾ ਚੜਿਕ। ਸੋ ਸਾਰੀ ਸਟਾਰਟ ਕਰ ਸੀ, ਜ਼ੋਰਦਾਰ ਤਾੜੀਆਂ ਪਲੀਜ਼। ਓਕੇ, ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਤਨਵੀਰ ਬਾਈ ਤੋਂ। ਬਾਈ ਬੰਬੇ ਤੋਂ ਇੱਥੋਂ ਆਏ ਹੋਏ ਚੰਡੀਗੜ੍ਹ ਯੂਨੀਵਰਸਿਟੀ। ਸੋ ਬਾਈ ਲਈ ਘੜੀ ਜ਼ੋਰਾਂ ਲਾਣੀਆਂ ਪਲੀਜ਼ ਐਵਰੀਵਨ। ਸੋ ਬਾਈ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਮੂਵੀ ਬਾਰੇ ਐਂਡ ਪਲੀਜ਼ ਚੰਡੀਗੜ੍ਹ ਯੂਨੀਵਰਸਿਟੀ, ਤੁਹਾਨੂੰ ਪਤਾ ਆਡੀਅੰਸ ਤਾਂ ਬਹੁਤ ਘੈਂਟ ਹੀ ਹੈ। ਮੈਂ ਨਹੀਂ ਇਹੀ ਸੋਚੀ ਜਾਂਦਾ ਸੀ ਦਿਵਾਲੀ ਹਾਲੇ ਦੂਰ ਆ, ਪਾਪਾ ਪਹਿਲਾਂ ਚਲਾਈ ਜਾਂਦੇ ਹੋ, ਕੁੜੀਆਂ ਪਹਿਲਾਂ ਪਟਾਕੇ ਬਣ ਕੇ ਆਈਆਂ ਨੇ ਐਨ 7 ਜੂਨ ਨੂੰ ਰੋਡੇ ਕਾਲਜ ਆ ਅਤੇ ਉਦੋਂ ਪਟਾਕੇ ਪਵਾ ਦੇਣੇ ਆਪਾਂ। ਥੈਂਕ ਯੂ ਸੋ ਮੱਚ। ਤੁਹਾਡੀ ਵੇਟ ਕਰ ਰਹੇ ਸੀਗੇ ਚੰਡੀਗੜ੍ਹ ਵਿੱਚ ਰੋਲਾ ਪਾਉਂਦੇ ਰਵਿੰਦਰ ਜੀ। ਥੈਂਕ ਯੂ ਗਾਈਸ, ਵੀ ਆਰ ਨਿਊ ਫੇਸਿਸ, ਨੀਡ ਯੂਰ ਸਪੋਰਟ। ਹਾਏ 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 ਹਾਏ। ਥੈਂਕ ਯੂ ਗਾਈਸ, 7th ਜੂਨ ਨੂੰ ਸੀ ਯੂ ਇਨ ਥੀਏਟਰਸ ਰੋਡੇ ਕਾਲਜ। ਮਿਊਜ਼ਿਕ ਰਿਲੀਜ਼ ਹੋ ਰਿਹਾ, ਫਸਟ ਗਾਣਾ ਰਿਲੀਜ਼ ਹੋਇਆ, ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੀਡੀਓ ਸਪੋਰਟ ਦੱਬ ਕੇ ਸ਼ੇਅਰ ਕਰਿਓ ਤੇ ਰੋਡੇ ਕਾਲਜ ਗਾ ਪਾ ਦਿਓ। ਥੈਂਕ ਯੂ। ਯੈਸ, ਨਾਓ ਓਵਰ ਟੂ ਯੂ। ਹਾਏ ਰੱਬਾ, ਇੰਨੀ ਸੋਹਣੀ ਆਡੀਅੰਸ ਮੈਂ ਪਹਿਲੀ ਵਾਰੀ ਦੇਖੀ ਆ। ਜੋਰ ਦੀ ਸੋਹਣੇ ਸੋਹਣੇ ਮੁੰਡੇ, ਸੋਹਣੇ ਸੋਹਣੇ ਕੁੜੀਆਂ, ਆਵਾਜ਼ ਚੱਕ ਕੇ ਸਾਰੀ ਸੀ ਯੂ ਰੋਡੇ ਕੋਲ ਦਾ ਨਾਮ ਲੈ ਦੋ ਸਾਰੀ ਵਾਲਾ ਰੋਡ।
Thank you so much. Yes, now over to Rahul Jaitley. Zordaar taaliyan Rahul bhai liye everyone. First of all, a big round of applause for CU and the crowd. Nahin so na ho raha. CU! Thank you so much for the overwhelming response. And ਜਿਵੇਂ ਸਾਡੀ ਬਾਕੀ ਦੀ ਸਟਾਰ ਕਾਸਟ ਨੇ ਦੱਸਿਆ ਵੀ 7 June ਨੂੰ ਆਪਣੀ ਫਿਲਮ ਰਿਲੀਜ਼ ਹੋ ਰਹੀ ਹੈ ਸੇ ਦ ਥਿੰਗ ਇਜ਼ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਸਾਨੂੰ ਲੋੜ ਹੈ ਐਜ਼ ਅਰਵਿੰਦਰ ਸੈਡ ਵੀ ਆਲ ਆਰ ਨਿਊ ਫੇਸਿਸ ਬਟ ਸਟਿਲ ਮੈਨੂੰ ਲੱਗਦਾ ਕਿ ਜਿੱਦਾਂ ਦਾ ਤੁਸੀਂ ਪਿਆਰ ਦੇ ਰਹੇ ਹੋ ਥੈਂਕ ਯੂ ਸੋ ਮੱਚ ਰੋਡੇ ਕਾਲਜ 7 June ਐਂਡ ਅਗੇਨ ਫੋਰ ਸੀ ਯੂ ਕਿਆ ਬਾਤ ਹੈ ਯੈਸ ਨਾ ਓਵਰ ਟੂ ਰਾਜ ਭਾਈ ਮੈਂ ਤਾਂ ਸਾਰਾ ਕੁਛ ਕਹਿ ਦਿੱਤਾ ਇਹਨਾਂ ਨੇ ਹੈਨਾ ਪਿੰਡਾਂ ਵਾਲੇ ਕਿਹੜੇ ਕਿਹੜੇ ਨੇ ਬਸ ਚੱਕ ਦਿਓ ਤੁਹਾਡੀਆਂ ਫਿਲਮਾਂ ਰੋਡੇ ਕਾਲਜ 7 June ਕਿਆ ਬਾਤ ਹੈ ਯੈਸ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਸੋ ਥੈਂਕ ਯੂ ਵੈਰੀ ਮੱਚ ਕਾਮਰੇਡ ਅਵਤਾਰ ਪਾਸ਼ ਲਿਖਦਾ ਹੈ ਕਿ ਕਹਿੰਦਾ ਇੱਕ ਕੁੜੀ ਨੇ ਮੈਨੂੰ ਤੱਕ ਕੇ ਕਿਹਾ ਕਿ ਤੂੰ ਬਹੁਤ ਸੋਹਣਾ ਹੈ ਇੱਕ ਕੁੜੀ ਨੇ ਮੈਨੂੰ ਤੱਕ ਕੇ ਕਿਹਾ ਕਿ ਤੂੰ ਬਹੁਤ ਸੋਹਣਾ ਹੈ ਤੇ ਮੈਨੂੰ ਉਹਦੀ ਨੀਅਤ ਤੇ ਸ਼ੱਕ ਹੋਇਆ ਮੈਨੂੰ ਉਸ ਕੁੜੀ ਦੀ ਨੀਅਤ ਤੇ ਸ਼ੱਕ ਹੋਇਆ ਕਿ ਸੋਹਣਾ ਮਨੁੱਖ ਨਹੀਂ ਹੁੰਦਾ ਉਹਦੇ ਕੰਮ ਹੁੰਦੇ ਆ ਸੋ 7 June ਨੂੰ ਫਿਲਮ ਆ ਰਹੀ ਹੈ ਕਲਾ ਦਾ ਅਸਲ ਨਮੂਨਾ ਕੀ ਹੈ ਉਹ ਰੋਡੇ ਕਾਲਜ ਦੇ ਵਿੱਚ ਦਿਖਾਵਾਂਗੇ ਸੋ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਥੈਂਕ ਯੂ ਸੋ ਮੱਚ ਯੈਸ ਹੁਣ ਆਪਾਂ ਇਹਨਾਂ ਨੂੰ ਹਰ ਫਿਲਮ ਦੇ ਵਿੱਚ ਨਾ ਪੁਲਿਸ ਵਾਲੇ ਜ਼ਿਆਦਾਤਰ ਬਣਦੇ ਹੈਗੇ ਭਾਈ ਅੱਜ ਪੱਗ ਵੀ ਖਾਕੀ ਬਣ ਕੇ ਆਏ ਆ ਸੋ ਜ਼ੋਰ ਨਾਲ ਤਾੜੀਆਂ ਫੋਰ ਸੋਰ ਵੀ ਜੁੰਨਾ ਭਾਈ ਅਰੀਵਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਕੁੜੀਆਂ ਆਈਆਂ ਸੀ ਇੱਥੇ ਅੱਗੇ ਬੋਲਣ ਤਾਂ ਮੁੰਡਿਆਂ ਵੱਲੋਂ ਬਹੁਤ ਤਾੜੀਆਂ ਕੂਕਾਂ ਚੀਕਾਂ ਵੱਜੀਆਂ ਇੱਧਰੋਂ ਚੱਕ ਦਿਓ ਸੋ 7 June ਨੂੰ ਆਪਣੀ ਫਿਲਮ ਆ ਰਹੀ ਆ ਰੋਡੇ ਕਾਲਜ ਇਹ ਕਹਿੰਦੇ ਨੇ ਵੀ ਇਹ 'ਚ ਨਵੇਂ ਫੇਸ ਨੇ ਨਵੇਂ ਲੱਖ ਹੋਣਗੇ ਪਰ ਸਾਰੇ ਹੰਡੇ ਹੋਏ ਫੇਸ ਨੇ ਤੁਹਾਨੂੰ ਫਿਲਮ ਦੇਖ ਕੇ ਇੰਨਾ ਸਵਾਦ ਆਊਗਾ ਕਿ ਲੰਬੇ ਸਮੇਂ ਤੱਕ ਯਾਦ ਰੱਖੋ ਸੋ ਆਪਾਂ ਗਾਣਾ ਵੀ ਸੁਣਾਵਾਂਗੇ ਇਸ ਤੋਂ ਬਾਅਦ ਅਤੇ 7 June ਯਾਦ ਰੱਖਿਓ ਰੋਡੇ ਕਾਲਜ ਸਤਿ ਸ਼੍ਰੀ ਅਕਾਲ ਕਿਉਂ ਪਤਾ ਯੈਸ ਹੁਣ ਨੈਕਸਟ ਮੈਂ ਜਿਹਨਾਂ ਨੂੰ ਬੁਲਾਉਣ ਜਾ ਰਿਹਾ ਨਾ ਮੈਂ ਸਮ ਮੈਂ ਵੀ ਵੀਰੇ ਨਾਲ ਇੱਕ ਮੂਵੀ ਕੀਤੀ ਹੈ ਅਤੇ ਜੋ ਕਮਾਲ ਦਾ ਐਕਟਰ ਆ ਨਾ ਕੈਰੀ ਬਾਈ ਇੱਕ ਜ਼ੋਰ ਦਾ ਦੜੀਏ ਕਵੀ ਵੀਰੇ ਲਈ ਐਵਰੀਵਨ ਸੋ ਭਾਈ ਪਲੀਜ਼ ਇਸ ਮੂਵੀ ਬਾਰੇ ਐਂਡ ਆਪਣੇ ਕਰੈਕਟਰ ਬਾਰੇ ਪਲੀਜ਼ ਕੀ ਕਹਿਣਾ ਚਾਹੋਗੇ ਕਿਵੇਂ ਹੋ ਪਾੜੇ ਹੋ 7 June ਨੂੰ ਆਪਣੀ ਫਿਲਮ ਰੋਡੇ ਕਾਲਜ ਤੁਹਾਡੇ ਸਾਰਿਆਂ ਦੀ ਫਿਲਮ ਅਤੇ ਜਿੰਨੀ ਕੂਕ ਤੁਸੀਂ ਇੱਥੇ ਮਾਰ ਰਹੇ ਹੋ ਇਹ ਕੂਕ 7 June ਨੂੰ ਥੀਏਟਰ 'ਚ ਪੈਣੀ ਚਾਹੀਦੀ ਹੈ ਸਾਰਿਆਂ ਨੇ ਕਿਹਾ ਵੀ ਫਿਲਮ 'ਚ ਨਵੇਂ ਚਿਹਰੇ ਹੈ ਮੈਂ ਇੱਕ ਗੱਲ ਜ਼ਰੂਰ ਆਪਣੇ ਵਿਸ਼ਵਾਸ ਦੇ ਨਾਲ ਕਹਿਣੀ ਚਾਹੂੰਗਾ ਉਮੀਦ ਨਹੀਂ ਮੈਨੂੰ ਵਿਸ਼ਵਾਸ ਆ ਕਿ ਤੁਸੀਂ ਥੀਏਟਰ 'ਚ ਫਿਲਮ ਵੇਖਣ ਜਾਓਗੇ ਫੁੱਲ ਪੈਸਾ ਵਸੂਲ ਫਿਲਮ ਹੋਊਗੀ ਕਿਉਂਕਿ ਸਾਰੇ ਦੇ ਸਾਰੇ ਚਿਹਰੇ ਹੰਡੇ ਹੋਏ ਆ ਸਾਰੇ ਦੇ ਸਾਰੇ ਚਿਹਰੇ ਆਡੀਸ਼ਨ ਕਰਕੇ ਕੁਛ ਨੇ ਕੁਛ ਕੁਛ ਕੰਮ ਪਹਿਲਾਂ ਕੀਤੇ ਸੀ ਕੁਛ ਇਸ ਫਿਲਮ 'ਚ ਪਹਿਲੀ ਫਿਲਮ ਕਰਨ ਜਾ ਰਹੇ ਨੇ ਉਹਨਾਂ ਸਾਰਿਆਂ ਨੂੰ ਪਲੀਜ਼ ਮੋਟੀਵੇਟ ਕਰਨ ਜ਼ਰੂਰ ਪਹੁੰਚੋ ਥੀਏਟਰ 'ਚ ਧੰਨਵਾਦ ਰੋਡੇ ਕਾਲਜ 7 June ਕਿਆ ਬਾਤ ਹੈ ਜੀ ਸੋ ਜ਼ੋਰ ਨਾਲ ਤਾੜੀਆਂ ਐਵਰੀਵਨ ਯੈਸ ਹੁਣ ਮੈਨੂੰ ਨਾ ਜਿਹਨਾਂ ਨੂੰ ਬੁਲਾਉਣ ਜਾ ਰਿਹਾ ਮੈਨੂੰ ਕਹਿ ਰਹੇ ਸੀ ਕਿ ਪਹਿਲਾਂ ਆਪਾਂ ਗਾਣਾ ਪਲੇ ਕਰ ਦਈਏ ਬਟ ਉਹਨਾਂ ਨੂੰ ਬੁਲਾਉਣ ਤੋਂ ਪਹਿਲਾਂ ਗਾਣਾ ਕਿਵੇਂ ਪਲੇ ਹੋ ਸਕਦਾ ਸੋ ਮੂਵੀ ਦੇ ਡਾਇਰੈਕਟਰ ਐਂਡ ਡਾਇਰੈਕਟਰ ਹੈਪੀ ਰੋਡੇ ਵਾਲੀ ਜ਼ੋਰ ਨਾਲ ਤਾੜੀਆਂ ਪਲੀਜ਼ ਸੋ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਮੂਵੀ ਬਾਰੇ ਪਲੀਜ਼ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ
ਮੇਰੀ ਇੱਕੋ ਹੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ, ਤਾਂ ਮੈਂ ਚਾਹੁੰਦਾ ਸੀ ਕਿ ਮਨੋਰੰਜਨ ਦੇ ਵਿੱਚ ਗੱਲਾਂ ਨਾ ਆਉਣ, ਬਟ ਛੋਟੀ ਗੱਲ 'ਚ ਹੀ ਨਿਬੇੜਾਂਗੇ। ਇਸ ਫਿਲਮ 'ਚ ਪਹਿਲੀ ਵਾਰ 2 ਦਰਜਨ ਨਵੇਂ ਮੁੰਡੇ ਕੁੜੀਆਂ ਲਾਂਚ ਹੋਏ ਨੇ, ਸਾਰੇ ਥੀਏਟਰ ਦੇ ਨੇ, ਸਾਰੇ ਥੀਏਟਰ ਦੇ ਨੇ, ਔਰ 53 ਕਲਾਕਾਰ ਓਡੀਸ਼ਨਾਂ 'ਚੋਂ ਆਏ ਨੇ। ਤੋ 2-2.5 ਸਾਲ ਇਹਦਾ ਪ੍ਰੀ ਪ੍ਰੋਡਕਸ਼ਨ ਸਟੋਰੀ ਰਾਈਟਿੰਗ 'ਤੇ ਕੰਮ ਚੱਲਿਆ। ਇਹ ਤੁਹਾਡੀ ਆਮ ਘਰਾਂ ਦੇ ਨਿਆਣਿਆਂ ਦੀ ਬੱਚਿਆਂ ਦੀ ਫਿਲਮ ਆ, ਪਲੀਜ਼ ਸਪੋਰਟ ਕਰਿਓ ਸਾਰੇ ਜਾਣੇ। ਆਉਂਦੇ ਟਾਈਮ ਨੂੰ ਤੁਹਾਡੇ 'ਚੋਂ ਵੀ ਇਸ ਸਟੇਜ 'ਤੇ ਹੋ ਸਕਦੇ ਨੇ, ਫਿਲਮ 'ਚ ਹੋ ਸਕਦੇ ਨੇ, ਅਸੀਂ ਉਹ ਰਾਹ ਬਣਾਉਣ ਜਾ ਰਹੇ ਹਾਂ। ਤੁਹਾਡੀ ਸਾਰਿਆਂ ਦੀ ਬਹੁਤ ਲੋੜ ਆ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਸੋ ਮਚ ਭਾਜੀ। ਯੈਸ, ਸੋ ਨਾਓ ਜਿਹੜੇ ਪਰਪਸ ਲਈ ਆਪਾਂ ਜੀ ਇਕੱਠੇ ਹੋਏ ਆ, ਮੂਵੀ ਦਾ ਗਾਣਾ ਰਿਲੀਜ਼ ਹੋ ਚੁੱਕਿਆ, ਗਾਣੇ ਦਾ ਨਾਮ ਆ ਹੋਕੀਆਂ। ਓਕੇ, ਚੰਡੀਗੜ੍ਹ ਯੂਨੀਵਰਸਿਟੀ, ਗਿਵ ਇਟ ਅਪ ਫੋਰ ਰੋਡੇ ਕਾਲਜ ਐਵਰੀਵਨ। ਕੀ ਬਾਤ ਹੈ, ਥੈਂਕ ਯੂ ਸੋ ਮਚ, ਐਂਡ ਸਾਰੀ ਸਟਾਰ ਕਾਸਟ ਨੂੰ, ਸਾਰੀ ਟੀਮ ਨੂੰ, ਫਿਲਮ ਦੇ ਲਈ ਆਲ ਦਾ ਬੈਸਟ। ਥੈਂਕ ਯੂ ਸੋ ਮਚ। ਯੈਸ ਹਾਂਜੀ, ਸੋ ਹੁਣ ਕੁੜੀਆਂ ਨੇ ਪਹਿਲਾਂ ਰੌਲਾ ਪਾਇਆ ਸੀਗਾ, ਸੋ ਸਟਾਰ ਕਾਸਟ ਸਾਰੀ ਆ ਕੇ ਜਾ ਚੁੱਕੀ ਹੈ। ਹੁਣ ਫਿਲਮ ਦਾ ਜਿਹੜਾ ਅਗਲਾ ਗਾਣਾ ਆਊਗਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਆਊਗਾ, ਮੈਨੂੰ ਸਟੇਜ 'ਤੇ ਬੁਲਾਉਣ ਜਾ ਰਿਹਾ ਸਾਡੇ ਸਾਰਿਆਂ ਦੇ ਫੇਵਰੇਟ ਆਰਟਿਸਟ, ਸੋ ਜ਼ੋਰਦਾਰ ਤਾੜੀ ਦੇ ਨਾਲ ਪਲੀਜ਼ ਵੈਲਕਮ ਔਨ ਸਟੇਜ ਬਾਈ ਕਨਵਰ ਗਰੇਵਾਲ। ਜ਼ੋਰਦਾਰ ਤਾੜੀਆਂ ਫੋਰ ਕਨਵਰ ਗਰੇਵਾਲ, ਚੰਡੀਗੜ੍ਹ ਯੂਨੀਵਰਸਿਟੀ। ਸਦਮੋ ਪਿਆਰਿਓ, ਬਹੁਤ ਬਹੁਤ ਪਿਆਰ ਸਤਿਕਾਰ ਤੁਹਾਡੇ ਸਾਰਿਆਂ ਲਈ, ਜਿੰਨੇ ਵੀ ਇਸ ਯੂਨੀਵਰਸਿਟੀ ਦੇ ਪ੍ਰੋਫੈਸਰਸ, ਇੱਥੋਂ ਦੀ ਫੈਕਲਟੀ, ਹੋਰ ਸੀਨੀਅਰ ਜੂਨੀਅਰ ਸਾਰੇ, ਔਰ ਇੱਥੋਂ ਦੇ ਸਟੂਡੈਂਟਸ, ਇੱਥੋਂ ਦੇ ਸਾਰੇ ਸਕਿਉਰਿਟੀ ਵਾਲੇ, ਜੋ ਜੋ ਵੀ ਇੱਥੋਂ ਦਾ ਕਰਮੀ ਧਰਮੀ ਬੰਦਾ, ਮੇਰੇ ਵੱਲੋਂ ਸਾਰਿਆਂ ਨੂੰ ਪ੍ਰਣਾਮ ਹੈ। ਅਤੇ ਮੇਰੇ ਆਉਣ ਦਾ ਕਾਰਨ ਇੱਕੋ ਹੀ ਹੈ, ਤਨੇ ਮੇਰੇ ਆਉਣ ਦਾ ਇੱਕੋ ਹੀ ਕਾਰਨ ਹੈ, ਤੰਨਾ ਇਸ ਫਿਲਮ ਦਾ ਪਾਰਟ ਹੈ, ਅਤੇ ਅਸੀਂ ਦੋਵੇਂ ਪੁਰਾਣੇ ਆੜੀ ਹੈ, ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਪੜ੍ਹੇ ਵੇ ਹੈ, ਅਤੇ ਤੰਨਾ ਥੀਏਟਰ ਵਾਲੇ ਪਾਸਿਓਂ ਸਾਰੇ ਵਰਲਡ 'ਚ ਸ਼ੋਅ ਕਰ ਰਿਹਾ, ਦੁਨੀਆ ਘੁੰਮ ਰਿਹਾ, ਔਰ ਬਹੁਤ ਆਲਾ ਦਰਜੇ ਦਾ ਥੀਏਟਰ ਸਾਰਿਆਂ ਨੂੰ ਦਿਖਾ ਰਿਹਾ। ਤਾਂ ਪਰ ਪੰਜਾਬੀ ਫਿਲਮਾਂ ਦੇ ਵਿੱਚ ਪਹਿਲੀ ਵਾਰੀ ਇਹ ਆਇਆ, ਅਤੇ ਮੈਨੂੰ ਬਹੁਤ ਚਾਅ ਹੈ, ਕਿਉਂਕਿ ਜਦੋਂ ਆਪਦੇ ਨਾਲ ਦੇ ਭੈਣ ਭਰਾ ਤੁਹਾਡੇ ਆ ਕੇ ਇਸ ਪਲੇਟਫਾਰਮ 'ਤੇ ਖੜ੍ਹਦੇ ਹੋ, ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ। ਸੋ ਮੈਨੂੰ ਵੀ ਉਹੀ ਫੀਲ ਹੈ ਕਿ ਮੇਰੇ ਆਪਣੇ ਭੈਣ ਭਰਾ ਸਾਰੇ ਹੁਣ ਇੱਕ ਵੱਡੇ ਸਿਨੇਮੇ 'ਤੇ, ਇੱਥੇ ਵੀ ਪੰਜਾਬ 'ਚ ਧੰਨਾ ਹੁਣ ਰਿਲੀਜ਼ ਹੋਊਗਾ। ਸੋ ਮੇਰੇ ਵੱਲੋਂ ਧੰਨੇ ਨੂੰ ਬਹੁਤ ਬਹੁਤ ਪਿਆਰ ਸਤਿਕਾਰ, ਬਾਈ ਹੈਪੀ ਹੋਰਾਂ ਨੂੰ ਜਿਨ੍ਹਾਂ ਨੇ ਫਿਲਮ ਲਿਖੀ ਹੈ, ਡਾਇਰੈਕਟ ਕੀਤੀ ਹੈ, ਉਹਨਾਂ ਲਈ ਬਹੁਤ ਪਿਆਰ, ਪ੍ਰੋਡਿਊਸਰ ਸਾਰੇ, ਔਰ ਜਿੰਨੇ ਇਹ ਸਾਰੇ ਯੰਗ ਸਾਰੇ ਆਰਟਿਸਟ ਸਾਰੇ, ਜੋ ਜੋ ਵੀ ਇਸ ਟੀਮ ਦਾ ਹਿੱਸਾ ਨੇ ਇਸ ਫਿਲਮ ਦਾ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਹੈ। ਬਸ ਮੈਂ ਇਸੇ ਕਰਕੇ ਆਇਆ ਸੀ, ਹੋਰ ਕੋਈ ਮੇਰਾ ਆਉਣ ਦਾ ਕਾਰਨ ਨਹੀਂ ਸੀ। ਆ ਕੇ ਮੈਨੂੰ ਪਤਾ ਲੱਗਿਆ ਕਿ ਸੀਯੂ 'ਚ ਫੈਸਟ ਚੱਲ ਰਿਹਾ, ਤੁਹਾਨੂੰ ਇਸ ਫੈਸਟ ਦੀਆਂ ਬਹੁਤ ਬਹੁਤ ਮੁਬਾਰਕਾਂ, ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਅਤੇ ਜਿਉਂਦੇ ਰਹੇ, ਕਦੇ ਮਿਲਾਂਗੇ। ਸੋ ਮੈਂ ਪਿਛਲੀ ਵਾਰੀ ਆਇਆ ਸੀ, ਤੁਹਾਡੇ ਨਾਲ ਗਾ ਕੇ ਗਿਆ ਸੀ, ਮੈਨੂੰ ਉਹ ਮੁਹੱਬਤ ਚੇਤੇ ਹੈ। ਸੋ ਮੈਂ ਤੁਹਾਡਾ ਰਿਣੀ ਹਾਂ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਥੈਂਕ ਯੂ। ਕਿਆ ਬਾਤ ਹੈ, ਜ਼ੋਰਦਾਰ ਤਾੜੀਆਂ ਫੋਰ ਕਨਵਰ ਗਰੇਵਾਲ ਬਾਈ ਐਵਰੀਵਨ। ਕਿਆ ਬਾਤ ਹੈ ਜੀ, ਸੋ ਥੈਂਕ ਯੂ ਸੋ ਮਚ, ਐਂਡ ਸਾਰੀ ਟੀਮ ਨੂੰ। ਚਲੋ ਇਹ ਗਾਣਾ ਸੁਣਾਈਏ ਫਿਰ।
ਉਹ ਯਾਰੀਆਂ ਚ ਕੀਤੀ ਕਦੇ ਲੁੱਚ ਘੁੱਟ ਨਾ, ਰੂਹਾਂ ਦੇ ਪੁਜਾਰੀ ਜਿਸਮਾਂ ਦੀ ਭੁੱਖ ਨਾ, ਬਾਪੂ ਨੇ ਸਿਖਾਇਆ ਸਾਨੂੰ ਉੱਡਣਾ, ਬੱਚੇ ਉੱਡਣਾ ਸਿਖਾਉਂਦਾ ਜਿਵੇਂ ਬਾਜ ਨੀ, ਐਨ ਸੁਰ ਵਿੱਚ ਵੱਜਦਾ ਏ ਬੱਲੀਏ, ਮਿੱਤਰਾਂ ਦੀ ਜ਼ਿੰਦਗੀ ਦਾ ਸਾਜ ਨੀ, ਐਨ ਸੁਰ ਵਿੱਚ ਵੱਜਦਾ ਏ ਬੱਲੀਏ, ਮਿੱਤਰਾਂ ਦੀ ਜ਼ਿੰਦਗੀ ਦਾ ਸਾਜ ਨੀ। ਆਹ ਸੁਣਿਓ ਜਿਹਨੇ ਪਹਿਲਾਂ ਨਸ਼ੇ ਪੱਤੇ ਡੱਕ ਕੇ ਕੀਤੇ ਆ, ਪਹਿਲੀਆਂ ਚ ਕੀਤੇ ਨਸ਼ੇ ਪੱਤੇ ਡੱਕ ਕੇ, ਪੁੱਤ ਪਰ ਕਿਸੇ ਦਾ ਮੈਂ ਲਾਇਆ ਨੀ ਕੋਈ, ਕਿਸੇ ਸੁਣੇ ਹੋਣੇ ਬਹੁਤ ਟੁੱਟੇ ਦਿਲਾਂ ਦੇ, ਫਕਰ ਬਣਾ ਗਈ ਜਿਹੜੀ ਸਾਡੇ ਨਾ ਹੋਈ, ਬੜਿਆਂ ਦੇ ਕੀਤੇ ਅਸੀਂ ਢੋਲ ਤੱਫਿਆ, ਬਾਜੀਆਂ ਦੇ ਸ਼ੌਂਕੀ ਨਾਰੇ ਰੱਖੇ ਲੱਗਿਆ, ਤੰਗ ਜਦੋਂ ਕਰੇ ਕੋਈ ਗਰੀਬ ਨੂੰ, ਉਦੋਂ ਹੱਥਾਂ ਉੱਤੇ ਹੁੰਦੀ ਸਾਡੇ ਖਾਜ ਨੀ, ਐਨ ਸੁਰ ਵਿੱਚ ਵੱਜਦਾ ਏ ਬੱਲੀਏ, ਮਿੱਤਰਾਂ ਦੀ ਜ਼ਿੰਦਗੀ ਦਾ ਸਾਜ ਨੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ। ਕੀ ਵਾਂਸ ਅਗੇਨ, ਜ਼ੋਰਦਾਰ ਤਾਲੀਆਂ ਫੋਰ ਰੋਡੇ ਕੋਲ ਦੀ ਸਾਰੀ ਟੀਮ ਲਈ ਐਵਰੀਵਨ, ਥੈਂਕ ਯੂ ਸੋ ਮਚ ਐਂਡ ਆਲ ਦੀ ਬੈਸਟ ਟੂ ਦੀ ਟੀਮ। ਹਾਂਜੀ, ਚੰਡੀਗੜ੍ਹ ਯੂਨੀਵਰਸਿਟੀ।